बिस्मिल्लाहिर्रहमानिर्रहीम, अस्सलाम वालेकुम। ठीक है तुसां सारे? असां भी ठीक ठाक आं। ते अज मैं बनानी आं समोसे, आलुआं आह्ले ते प्याज जिसे स्थान समोसे ने वो आह्ले। एह मैं मैदा गुद्दा सा ते इसकी टिक्कियां एह बेली किंदियां, जिसने बिच असां समोसे परसा। ते और ये चिट्टा जीरा है 1 स्पून सारे कुल। ते एक है ना अस कालियां मर्चां, ते दलचीनी, ते लौंग, इसे तरह ये भी कहना है अस दरफुल मर्च, ते हल्दी, रेड चिली पाउडर, ये मसाले जो अस इन्होंने बिच बसा। ते ये ऑयल सारे कुल, ते ये नाल मच्छी है, इसकी भी एदा मैं मसाले लाए शरे से कंडे वाली फ्रेश मच्छी। तो एदा ये आलू प्याज, तो इसने बिच जराया ग्रीन चिली बाई, तो उसकी कहने और भी इसने बिच थोड़े मसाले जैसे लाइक चाट मसाला नहीं होना वो भी थोड़ा बया। तो बस यही चीज़ है, थोड़ी जी मेथी 1 स्पून। इसकी हूँ मैं एदा कढ़ाई तरी छड़ी, तो इसने बिच पहलू ऑयल बाई ना, तो फिर असा ये पहलू समोसे ना ये मसाला रेडी करसा करी, तो फिर समोसे ला परसा फिर तुसें दसा। ठीक है, सिलेंडर ऑन करी दिंदा। इसने बिच मैं ऑयल बसा पहलू थोड़ा जा, क्योंकि वो टिक्कियां जड़ियाँ बेलियां सियां ना यदा समोसिया ने। इसने बीच भी लमें मैदा गुद्दा सा, इसने बीच 1 स्पून निमका नी बाइसी, ते 1.5 स्पून ऑयल नी। उन्हें चंगा लग गर्म हुई वैसी, तो इसने बीच आसन पहले याद बासन चिट्टा जीरा बासन। एक 2 मिनट खाली इस चिट्टे जीरे की असा मसाले की भुनसा, तो इसने बिच फिर असा करसा बासा एदा गर्म मर्च, अद्धी चम्मच हल्दी नी बसार, ये जो कालियां मर्चा, दलचीनी, तो लौंग। सुक्का तो नहीं है, मैं ग्राइंड करके थविचे बैठे सा, अदरक थोड़ी जी, हूँ असं इसमें इतनी सारे जो बस एदम मसाले।
नाले असां बशर सां दलचीनी लौंग ਇਹਦਾ ਸਾਲਟ ਸਾਰਾ ਰੈਡੀ ਹੋਈ ਗਿਆ ਸਮੋਸਿਆਂ ਨਾਲ ਤੇ ਹੁਣ ਮੈਂ ਇਹਦਾ ਪਲੇਟ ਆਈ ਬਾਈਕਿੰਗ ਸਾਂ ਜੇ ਠੱਡਾ ਵੈ ਤਾਂ ਫਿਰ ਕਹਿਣਾ ਆਇਆ ਸ ਮੈਂ ਤੁਹਾਡੇ ਹਸਬੈਂਡ ਅਸਾਂ ਦੋਏ ਸਮੋਸੇ ਪਰਸਾਂ ਇਹਦਾ ਸਾਲਟ ਹੁਣ ਮੈਂ ਪਲੇਟ ਆਈ ਬਾਈਕਿੰਗ ਦਾ ਤੇ ਹੁਣ ਵੇਟ ਕਰਨੀ ਪਈ ਠੱਡਾ ਵੈ ਤਾਂ ਫਿਰ ਕਰਸਾਂ ਪਰਸਾਂ ਫਿਰ ਇਹਦਾ ਓਇਲ ਅਸਾਂ ਰੱਖੀ ਕਿੰਦਾ ਤੇ ਇਹਦਾ ਸਮੋਸੇ ਹੀ ਬਣਾਏ ਮੈਂ ਕਰੇ ਬਣਾਏ ਆ ਇਹ ਤੂੰ ਬਣਾਈ ਨਾ ਤੇ ਇਹ ਮੈਂ ਲੈਣ ਬਣਾਈ ਤੇ ਹੋਰ ਆਏ ਹੁਣ ਰਹਿਣੇ ਇਹ ਬਣਾਉਣੇ ਆ ਆ ਇਹ ਬਣਾਈ ਨਾ ਫਿਰ ਇਹਦਾ ਫਰਾਈ ਕਰਨੇ ਜਾਸਾਂ ਹਾਂ ਕੀ ਨਿੱਕੀਆਂ ਕੀ ਦੇਸਾਂ ਉਹ ਫਿਰ ਸਹੀ ਜਾਸਾਂ ਉਹੀ ਲੈਦਾ ਨਾਲ ਗਰਮ ਹੋਣਾ ਪਿਆ ਬਹੁਤ ਬਾਰਿਸ਼ ਲਈ ਵੀ ਹਾਂ ਬਾਰਿਸ਼ ਇਹਦਾ ਲਈ ਚੰਗੀ ਉਹ ਸਹੀ ਦੱਸਾਂ ਮੈਂ ਹੁਣ ਬਾਹਰ ਚਾਹੀਦਾ ਮੱਛੀ ਉਹ ਇਸ ਦੀ ਬਹੁਤ ਪਹਿਲੋ ਇਹ ਫਰਾਈ ਕਰੋ ਨਾ ਫਿਰ ਉਹ ਖਰਾਬ ਹੋਈ ਜਾਸੀ ਫਿਰ ਨਾ ਮੈਂ ਸਾਲਟ ਕੱਟਸਾਂ ਤਾਂ ਚਟਨੀ ਬਣਾਸਾਂ ਅਸਾਂ ਸਮੋਸੇ ਘਰ ਬਣਾਉਣੇ ਰਹੇ ਹਾਂ ਇੰਨਾ ਕੀ ਜਾਚ ਆਈਗੀ ਖਾਣੇ ਰਹੇ ਆਪੂ ਖਾਣੇ ਚਸਕੋ ਰਹੇ ਬੰਦੇ ਦਾ ਜਾਚ ਆਈਗੀ ਸਾਹਮਣੇ ਜ਼ਰਾ ਬਣਾਉ ਨਾ ਕਿ ਉਦੋਂ ਕੋਈ ਪਤਾ ਲੱਗਣਾ ਸਾ ਐਸੇ ਹੀ ਪਾਕਿਸਤਾਨ ਔਰ ਸਮੋਸੇ ਨੇ ਇੱਥੋਂ ਲੱਭੀ ਜਾਣੇ ਸ਼ਾਪਾਂ ਹੀ ਆ ਇਹ ਗੱਲ ਹੀ ਇੰਡੀਆ ਨੇ ਬੰਦੇ ਇੰਨਾ ਉਨਾ ਰੱਖੀਆਂ ਵੀ ਆ ਉਹ ਵੀ ਬੂ ਸਪਾਈਸੀ ਨਹੀਂ ਖਾਣਾ ਤਾਂ ਨਾਲ ਉਨਾ ਵਿੱਚ ਉਹ ਬਣੇ ਪਿਆਸ ਤਾਂ ਜਿਸ ਤਰ੍ਹਾਂ ਲਾਈਕ ਕਰਿਆਨੀ ਕਰਿਆਨੇ ਬੰਦਾ ਬਣਾਉਣਾ ਆਪਣੇ ਹੱਥਾਂ ਨੇ ਇਸ ਤਰ੍ਹਾਂ ਉਹ ਹਾਲੀ ਪਿਆਸ ਤਾਂ ਚਿੱਟਾ ਜ਼ੀਰਾ ਹਾਲੀ ਬਣੇ ਬਸ ਤਾਂ ਨਾ ਸਪਾਈਸੀ ਵੀ ਇਤਨੇ ਖੋਣੀ ਉਹਨੇ ਘਰ ਬਣਾਓ ਇਹ ਗੱਲ ਹੀ ਪਿਆਸ ਮੈਦਾ ਗੁੰਨੀ ਟਿੱਕੀਆਂ ਬਣਾਈਆਂ ਮੈਦਾ ਗੁੰਦਾ ਹੱਥ ਵੀ ਲਈ ਗਏ ਸਾਰਾ ਆਪੋ ਕੀਤਾ ਸਿਸਟਮ ਪੂਰੇ ਸਮੋਸੇ ਨਾਲ ਜਿਹੜਾ ਓਇਲ ਤੱਕ ਆ ਬੁਗਰ ਬਣਾਈ ਜਾ ਆਈ ਥਿੰਕ ਸੋ ਇਟ ਨਾ ਕੋਮੀ ਗਰਮ ਚੈੱਕ ਕਰੀ ਕਿ ਨੋ ਬਈ ਲੋ ਪਹਿਲੂ ਖਾਲੀ ਨਹੀਂ ਆਈਆ ਚੈੱਕ ਕਰੋ ਥੋੜੀ ਜੀਸ ਨਹੀਂ ਆਈ ਚਲੋ ਬੋ ਇਹ ਦੋਣਾ ਸੋਨ ਨਾਲ ਨਾ ਫਰਾਈ ਕਰਨੇ ਜਾਣੇ ਆ ਸਮੋਸੇ ਸਾਰੇ ਇਹਦਾ ਰੈਡੀ ਹੋਈ ਗਏ ਸਾਰੇ ਤਰੇ ਤਰੇ ਬੂੰ ਠੀਕ ਹੈ ਉਹਨੂੰ ਘਿਓ ਸਹੀ ਹੈ ਇਹਦਾ ਸਮੋਸੇ ਅਸਾਂ ਫਰਾਈ ਕਰੀ ਕਿ ਦੇਸੇ ਅਤੇ ਨਾਲ ਮੈਂ ਮੱਛੀ ਵੀ ਫਰਾਈ ਕੀਤੀ ਅਤੇ ਇਹਦੇ ਨਾਲ ਸਾਲਟ ਵੀ ਕੱਟੀ ਹੁੰਦਾ ਅਤੇ ਟਮਾਟਰ ਸੋਸ ਅਤੇ ਲਾਸਟ ਲੁੱਕ ਤਾਂ ਚਲੋ ਠੀਕ ਹੈ ਇੱਥੋਂ ਵੀ ਬਣਾਈ ਤਾਂ ਖੋ ਤਾਂ ਅਸਾਂ ਕੀ ਵੀ ਇਜਾਜ਼ਤ ਦਿਓ ਤਾਂ ਫਿਰ ਕੋਈ ਨੈਕਸਟ ਵੀਡੀਓ ਨਾਲ ਹਾਜ਼ਰ ਹੋ ਸਾਂ ਓਕੇ ਬਾਏ ਖੁਦਾ ਹਾਫਿਜ਼ ਨਾ ਰਿਵਿਊ ਥੋੜ੍ਹਾ ਦੱਸੀ ਸਾਂ ਇਤਨੀ ਤੇਜ਼ ਬਾਰਿਸ਼ ਹੋਣੀ ਪਈ ਜੇ ਮਾਰੇ ਕੱਪੜੇ ਸਾਰੇ ਸਿੱਜੀ ਗਏ
में बारिश भुल्ला ही करनी आं। मैं चलो तुसें तुसें कि बी बारिश दस्सी शाम हून इत्थै शामी ने होने पे आई थिंक 5 होई गे, 5 ना टाइम इतनी दम बारिश आई ते देखो आवाज भी इशना पिया बारिश है ना। में अपने गार्डन च आई गई हां ते मैं चलो तुसें कि दस्सी शाम चलो ठीक है। मैं हूं मुड़ी अंदर जाने, फिर हमारे कपड़े सारे सिज्जी गए।